अलकुम जी हम जा रहे हैं होम सैंस बेटे ने कुछ लेना है चाबियाँ गडकीज बेटे ने कुछ लेना है तो वहाँ चल के आपको मिलते हैं मौसम बड़ा ही जबरदस्त है देखें कितना अच्छा मौसम है चले चलते लो जी असी निकले और मौसम आज बड़ा ही वधिया सी तो असी आए होम सैंस तो इतने आके तो मेरी तबीयत वैसे ही ठीक हो जाती है मैं कहनी हाँ इन्ना दिल खुश हों ਬਰਤਨ ਵੇਖ ਕੇ ਚੀਜ਼ਾਂ ਵੇਖ ਕੇ ਇੱਥੇ ਮੈਂ ਵੇਖਿਆ ਨਵੇਂ ਡਿਜ਼ਾਈਨ ਦੇ ਕੱਪ ਇਹ ਪਾਕਿਸਤਾਨ ਦੀਆਂ ਪਿਆਲੀਆਂ ਦੇ ਸ਼ੇਪ ਜਿਹੜੇ ਨੇ ਚਾਹ ਪਹਿਲੇ ਪੀਵੀਦੀ ਸੀ ਇਹਨਾਂ ਦੇ ਹੈਂਡਲ ਕੋ ਨਹੀਂ ਸਨ ਹੁਣ ਮੈਨੂੰ ਡਿਜ਼ਾਈਨ ਇੰਨਾ ਕ ਚੰਗਾ ਲੱਗਾ ਮੈਂ ਕਦੀ ਰੱਖਾਂ ਤੇ ਕਦੀ ਚੁੱਕਾਂ ਕਦੀ ਰੱਖਾਂ ਕਦੀ ਚੁੱਕਾਂ ਕਦੀ ਸੋਚਾਂ ਲਵਾਂ ਕਦੀ ਸੋਚਾਂ ਰਹਿਣ ਦਵਾਂ ਕਦੀ ਸੋਚਾਂ ਕੋਈ ਨਹੀਂ ਲੈ ਹੀ ਲੈਣੇ ਆ ਫੇਰ ਕੀ ਬਸ ਜੀ ਇਹੀ ਸੋਚ ਦੀ ਚਚਾਂਦੀ ਮੈਂ ਪੋਜ਼ਿਟਿਵ ਵਾਲੀ ਸਾਈਡ ਤੇ ਟੁਰ ਗਈ ਇੱਥੇ ਪਾਸਟਾ ਬੜਾ ਰੰਗ-ਬਰੰਗਾ ਪਿਆ ਸੀ ਔਰ ਫਰਾਈ ਪੈਨ ਬੜੇ ਸੋਹਣੇ ਕੜਾਈਆਂ ਬੜੀਆਂ ਸੋਹਣੀਆਂ ਲੱਗੀਆਂ ਸਨ ਕਿ ਹੈਵੀ ਬੜਾ ਹੈਵੀ ਪੈਨ ਸੀ ਕਾਸਟ ਆਇੰਦਾ ਇਹਨਾਂ ਚ ਖਾਣਾ ਬੜਾ ਸੋਹਣਾ ਬਣਦਾ ਤੇ ਬੇਟੇ ਮੇਰੇ ਨੇ ਕਾਫੀ ਦਾ ਜਾਰ ਲੈਣਾ ਸੀ ਕਾਫੀ ਬੜੇ ਸ਼ੌਕ ਨਾਲ ਪੀਂਦਾ ਤੇ ਇਹ ਜਾਰ ਲੈਣ ਆਇਆ ਤੇ ਮੈਂ ਉਹਨੇ ਤੇ ਇੱਕ ਸ਼ਾਹ ਲੈਣੀ ਸੀ ਮੈਂ ਨਾਲ ਹੋਰ ਇੱਕ ਕੰਮ ਸ਼ੁਰੂ ਕਰ ਦਿੱਤਾ ਇੱਥੇ ਆ ਕੇ ਹੈ ਉਹ ਵੀ ਪਰੇਸ਼ਾਨ ਹੋ ਗਿਆ ਕਿ ਮੈਂ ਤੇ ਉਂਝ ਕਿਹਾ ਸੀ ਮਾਮਾ ਆਣਾ ਹੀ ਤੇ ਆ ਜਾ ਮੈਂ ਕਿਹਾ ਚੱਲ ਤੂੰ ਆਪਣਾ ਲਬਨਾਂ ਡੱਬਾ ਕਾਫੀ ਰੱਖਣ ਵਾਲਾ ਤੇ ਮੈਂ ਆਪਣੀਆਂ ਚਾਹਾਂ ਲੈਣੀਆਂ ਤੋ ਜੀ ਇਹ ਦੇਖੇ ਦਿਲ ਕੇ ਹੱਥੋਂ ਮਜਬੂਰ ਹੋ ਕੇ ਹਮਨੇ ਕੱਪ ਫਿਰ ਇੱਕ ਵੀ ਨਹੀਂ ਲੈਣਾ ਦੋ ਵੀ ਨਹੀਂ ਲੈਣੇ ਸੱਤ ਅੱਠ ਕੱਪ ਲੈਣੇ ਨੇ ਫਿਰ ਕਾ ਕਿ ਤੇ ਜਾਨ ਨੂੰ ਸਕੂਨ ਆਣਾ ਨਹੀਂ ਤੇ ਸਾਰੀ ਰਾਤ ਸਿਰ ਚ ਪੀੜ ਰਹਿਣੀ ਕਿ ਹਾਏ ਉਹ ਜਿਹੜਾ ਛੱਡ ਆਈ ਸੌਣ ਲੈ ਜਾਂਦੀ ਬਸਰੀ ਇਹ ਹੀ ਕੰਮ ਕੀਤਾ بیٹے ਨੇ ਤਾਂ ਇੱਕ ਚੀਜ਼ ਲੈਣੀ ਸੀ ਮੈਂ ਨਾਲ ਚਾਰ ਲੈ ਲਈਆਂ ਹਸਬੰਡ ਕੇ ਆਣੇ ਸੇ ਪਹਿਲੇ ਪਹਿਲੇ ਇਹਨੂੰ ਛੁਪਾਣਾ ਹੈ ਹਸਬੰਡ ਕੇ ਆਣੇ ਸੇ ਪਹਿਲੇ ਪਹਿਲੇ ਇਹਨੂੰ ਛੁਪਾਣਾ ਹੈ ਔਰ ਛੁਪਾ ਕੇ ਰੱਖਣਾ ਹੈ ਤਾਂ ਚਲੋ ਜੀ ਹੁਣ ਕਾਰ ਚੱਲੀਏ काम करिए जाके रोज ही बड़े ही काम होंगे बड़े ही कम होंगे बड़ी गर्मी लग रही है भाई मौसम चेंज हो गया और एकदम से मौसम बहुत अच्छा है बड़ी अच्छी फ्रेश एयर है सर्दी नहीं है धूप निकली है तो इतना अच्छा लग रहा है आज अच्छा। फूल बहार आ रही है ये देखें जी यहाँ पे ओल्ड बिल्डिंग्स हैं इतनी इतनी पुरानी ਪਰੇ ਕਿੰਨੇ ਕਿੰਨੇ 100 ਸਾਲ ਪੁਰਾਣੀ ਬਿਲਡਿੰਗਸ ਐ ਇਧਰ ਅਸੀਂ ਜੀ ਫਿਰ ਪਹੁੰਚ ਕੇ ਘਰ ਵਾਪਸ ਔਰ ਵੇਖੋ ਜੀ ਫਿਰ ਅੰਦਰ ਦਰਵਾਜ਼ਾ ਸੇ ਬੰਦ ਕੀਤਾ ਮੈਂ ਕਿਾ ਚਲੋ ਹੁਣ ਚੱਲੀਏ ਮੇਰੇ ਬੇਟੇ ਨੇ ਫਿਰ ਆਪਣੇ ਬੀਨਸ ਜਿਹੜੇ ਨੇ ਉਹ ਫਟਾਫਟ ਆਪਣੇ ਜਾਰ ਚ ਪਾਏ ਸ਼ਾਵਾਂ ਸੰਭਾਲੀਆਂ ਇੰਨੀ ਦੇਰ ਨੂੰ ਬਾਹਰ ਖੜਕਿਆ ਦਰਵਾਜ਼ਾ ਤੇ ਇਹ ਮੈਂ ਆਰਡਰ ਕੀਤਾ ਸੀ ਇਨਸਟੈਂਟ ਪੌਟ ਆਪਣੇ ਵਾਸਤੇ ਤੇ ਆਪਣੀ ਬੇਟੀ ਵਾਸਤੇ ਤੇ ਇਹ ਵੀ ਸਾਡੇ ਆਗੇ ਸਣ ਇੱਥੇ ਜੀ ਅੱਬੂ ਨਾਲ ਮੈਂ ਗੱਲ ਕਰ ਰਹੀ ਹਾਂ ਫਾਰਮ ਭਾਈ ਕੇ ਫਾਰਮ ਪੇ ਗਏਵੇਂ ਰੌਣਕ ਲੱਗੀ ਹੋਈ ਐ ਬਸ ਬੜਾ ਹੀ ਦਿਲ ਸੀ ਮੇਰਾ ਅੱਬੂ ਆ ਜਾਂਦੇ ਵੀਜ਼ਾ ਲੱਗ ਜਾਂਦਾ ਔਰ ਅੰਮੀ ਦੀ ਵੀ ਕਮੀ ਮੈਨੂੰ ਬੜੀ ਮਹਿਸੂਸ ਹੁੰਦੀ ਪਈ ਮੈਨੂੰ ਪਤਾ ਹੈ ਉਹਨਾਂ ਨੇ ਮੈਨੂੰ ਬਹੁਤ ਸਮਝਾਣਾ ਸੀ ਉਹਨਾਂ ਨੇ ਮੈਨੂੰ ਕਹਣਾ ਸੀ ਖਬਰਾਨਾ ਨਹੀਂ ਪਰੇਸ਼ਾਨ ਨਹੀਂ ਹੋਣਾ ਅਸੀਂ ਵੀ ਤੁਹਾਡੇ ਵਿਆਹ ਇੰਜ ਹੀ ਕੀਤੇ ਨੇ ਤੇ ਬਸ ਖੁਸ਼ ਖੁਸ਼ ਰਹਿਣਾ ਤੇ ਖੁਸ਼ੀ ਖੁਸ਼ੀ ਵਿਦਾ ਕਰਨਾ ਬੇਟੀ ਮੇਰੀ ਅੰਮੀ ਬੜੇ ਹੀ ਪੋਜ਼ਿਟਿਵ ਪਰਸਨ ਸਨ ਔਰ ਉਹਨਾਂ ਦੀ ਕਮੀ ਬਹੁਤ ਹੀ ਮਹਿਸੂਸ ਹੁੰਦੀ ਪਈ ਬਸ ਇਸ ਵੇਲੇ ਵਾਕਈ ਆਪਣੀ ਮਾਂ ਚਾਹੀਦੀ ਅਸਲਾਮ ਅਲੈਕੁਮ ਕਿਵੇਂ ਹੈ ਆਪ ਸਭ ਠੀਕ ਹੈ ਜੀ ਹਮ ਵੀ ਠੀਕ ਹੈ ਅੱਜ ਮੈਂ ਸ਼ੁਰੂ ਕੀਤੀ ਇੱਕ ਕਲੀਨਿੰਗ ਕਬਰ ਸਾਰੇ ਸ਼ਾਦੀ ਤੋਂ ਪਹਿਲੇ ਮੈਂ ਕਿਹਾ ਘਰ ਇੱਕ ਵਾਰੀ ਲਾਈਟ ਕਰ ਦਵਾਂ ਬਿਲਕੁਲ ਹਲਕਾ ਫੁਲਕਾ ਕਿਉਂਕਿ ਸਮਾਨ ਕੁਛ ਆਣਾ ਹੈ ਉਹਦੀ وجہ ਤੋਂ ਫਿਰ ਬਹੁਤ ਜ਼ਿਆਦਾ ਹੀ ਕਿਤੇ ਇੱਥੇ ਕਲਟਰ ਨਾਲ ਸ਼ੋਅ ਹੋਣ ਲੱਗ ਪਵੇ ਤੋ ਜੀ ਅੱਜ ਵਹੀ ਸਵੇਰ ਕੇ ਕਰ ਰਹੀ ਹਾਂ ਪਹਿਲਾਂ ਤਾਂ ਮੈਂ ਸੋਚਿਆ ਸੀ ਵੀਡੀਓ ਨਹੀਂ ਬਣਾਉਂਦੀ ਫਿਰ ਮੈਂ ਕਿਹਾ ਚਲੋ ਕੋਣੀ ਦਾ ਰਣ ਸ਼ੇਅਰ ਕਰਦਾ ਕਿਉਂਕਿ ਨਾ ਫਿਰ ਕੰਮ ਬੜਾ ਸਲੋ ਹੋ ਜਾਂਦਾ ਤਾਂ ਥੋੜੇ ਥੋੜੇ से ਕਲਿੱਪਸ ਆਪ ਦੇਖੇਂਗੇ ਕਿ ਮੈਨੇ ਕੀਆ ਕੀਆ ਹੈ ਕਿਸ ਤਰ੍ਹਾਂ ਸੇ ਚੀਜ਼ਾਂ ਰੱਖੀਆਂ ਬਸ ਇਹੀ ਕੁਛ ਹੁੰਦਾ ਹੈ ਫਿਰ ਚਲੋ ਤੁਹਾਨੂੰ ਬਖਾਨਦੇ ਆ ਇਹ ਬਸ ਕੁਛ ਚੀਜ਼ਾਂ ਮੈਨੇ ਐਸੇ ਰੱਖੀਆਂ ਟਾਈਡੀ ਕਰ ਅਬ ਉਧਰ ਸੇ ਜੋ ਜੋ ਸਮਾਨ ਪੜਾ ਥਾ ਵਹਾਂ ਉਹ ਇਧਰ ਰੱਖਦੇ ਕਿਚਨ ਤੋਂ ਜੀ ਮੈਂ ਸਟਾਰਟ ਕੀਤਾ ਆਰਗੇਨਾਈਜ਼ ਕਰਨਾ ਮੈਂ ਕਿਹ ਕਾਰ ਚ ਸ਼ਾਦੀ ਹੋਏਗੀ ਤੇ ਚੀਜ਼ਾਂ ਜੜੀਆਂ ਨੇ ਕੋਸ਼ਿਕਸ ਪਾਇਰ ਹੋ ਜਾਂ ਨੇ ਜਾਂ ਜਿਹੜੀਆਂ ਬਹੁਤ ਜ਼ਿਆਦਾ ਨੇ ਮੈਂ ਚੁੱਕ ਕੇ ਕਿਸੇ ਦੂਸਰੇ ਪਾਸੇ ਰੱਖਾਂ ਇੱਥੇ ਜਗ੍ਹਾ ਬਣੇ ਚੀਜ਼ਾਂ ਦੀ ਤੇ ਬਸ ਜੀ ਮੈਂ ਕੰਮ ਸ਼ੁਰੂ ਤੇ ਕਰ ਲਿਆ ਤੇ ਕੰਮ ਤੇ ਮੇਰੇ ਗਲੇ ਕੀ ਮੈਂ ਕਹਨੀਆ ਕੰਮ ਨੇ ਤੇ ਫੜ ਕੇ ਪੰਗੜਾ ਹੀ ਪਾਣਾ ਸ਼ੁਰੂ ਕਰ ਦਿੱਤਾ ਤੇ ਅਦਾਲਾਂ ਸ਼ਾਲਾਂ ਜਿਹੜੀਆਂ ਮੈਂ ਵੈਸੇ ਦਾਲਾਂ ਮੈਂ ਇੰਜ ਲੈਣੀਆਂ ਜਿਵੇਂ ਫਰੇ ਮੈਂ ਖਾਂਦੀ ਦਾਲਾਂ ਵਾਂ ਹੈ ਦਾਲਾਂ ਨਾਲ ਮੈਨੂੰ ਇੰਨਾ ਪਿਆਰ ਹੈ ਕਿ ਮੈਂ ਖਰੀਦ-ਖਰੀਦ ਕੇ ਦਾਲਾਂ ਰੱਖੀਆਂ ਨੇ ਤੋ ਜੀ ਬਸ ਫਿਰ ਮੈਂ ਕਿਹ ਜਿਹੜੇ ਕੁਝ ਖੁੱਲੇ ਪੈਕਟ ਪਏ ਨੇ ਇਹਨਾਂ ਨੂੰ ਤਾਂ ਮੈਂ ਕਿਤੇ ਪਾਸੇ ਲਾਵਾਂ ਇਹਨਾਂ ਨੂੰ ਮੈਂ ਬੰਦ ਕਰਕੇ ਰੱਖਾਂ ਤਾਂ ਕਿ ਰੋਲਾ ਬੜਾ ਹੀ ਪਿਆ ਹੁੰਦਾ ਫਿਰ ਦਰਾਜ਼ਾਂ ਦੇ ਵਿੱਚ ਛੇਵਾਂ ਦਾ ਤੇ ਇਹ ਦੂਸਰੇ ਕਿਚਨ ਚ oven ਦੇ ਉੱਤੇ ਵਾਲੀ ਜਿਹੜੀ ਕਬਡ ਸੀ ਇਹ ਦਾਲਾਂ ਸਾਰੀਆਂ ਮੈਂ ਇੱਥੇ ਸ਼ਿਫਟ ਕੀਤੀਆਂ ਮੈਂ ਕਿਹਾ ਇਹ ਜਿਹੜਾ ਕਿਚਨ ਹੈ ਨਾ ਇਹ ਸਾਡਾ ਸੋਸ਼ਲ ਕਿਚਨ ਹੈ ਜਿੱਥੇ ਮਹਿਮਾਨ ਵਗੈਰਾ ਆਣ ਤੇ ਇੱਥੇ ਉਸ ਹਿਸਾਬ ਨਾਲ ਚੀਜ਼ਾਂ ਪਈਆਂ ਹੋਣੀਆਂ ਚਾਹੀਦੀਆਂ ਨੇ ਇਹ ਜਿਹੜੀਆਂ ਮੈਂ ਲੈ ਕੇ ਆਈ ਸਾਂ ਹੋਮ ਸੈਂਸ ਤੋਂ ਕੱਪਸ ਵਗੈਰਾ ਇਹ ਵੇਖੋ ਕਿੱਡਾ ਸੋਹਣਾ ਏ ਸ਼ੂਗਰ ਪੌਟ ਤੇ ਇਹ ਪਿਆਲੀਆਂ ਵੀ ਮੈਨੂੰ ਬੜੀਆਂ ਹੀ ਸੋਹਣੀਆਂ ਲੱਗੀਆਂ ਪਰ ਬਸ ਹੁਣ ਵੇਖੋ ਇਹਦੇ ਚ ਚਾਹ ਪੀਤੀ ਜਾਏਗੀ ਕਿ ਨਹੀਂ ਨਹੀਂ ਤੇ ਕੋ ਨਹੀਂ ਮੈਂ ਇਹਦੇ ਚ ਖੀਰ ਪਾ ਕੇ ਖਾ ਲਾਂਗੀ ਤੇ ਇਹ ਵੀ ਮੈਨੂੰ ਬੜੇ ਸੋਹਣੇ ਲੱਗੇ ਬੋਲ ਜਿਸ ਤਰ੍ਹਾਂ ਨੂਡਲਸ ਵਗੈਰਾ ਬਣਾਓ ਤੇ ਤੁਹਾਨੂੰ ਫੀਲ ਆਣੀ ਚਾਹੀਦੀ ਤੁਸੀਂ ਚਾਈਨਾ ਚ ਬੈਠੇ ਖਾਂਦੇ ਪਿਓ ਬਸ ਇੰਨਾ ਤਾਂ ਵੀ ਮੇਰਾ ਦਿਲ ਆ ਗਿਆ ਸੀ ਇਹ ਵੀ ਮੈਂ ਲੈ ਲਈਆਂ ਤੇ ਮੈਂ ਕਿਹਾ ਪਹਿਲਾਂ ਤੇ ਮੈਂ ਆਪਣਾ ਡਰੋ ਜਿਹੜਾ ਏ ਉਹਨੂੰ ਸੋਹਣਾ ਜਿਹਾ ਆਰਗੇਨਾਈਜ਼ ਕਰਾਂ ਫਿਰ ਮੈਂ ਕਿਹਾ ਮੈਂ ਕੱਪ ਸਾਰੇ ਧੋ ਕੇ ਇੱਥੇ ਰੱਖਾਂ ਉੱਤੇ ਵੀ ਜੇ ਅਸੀਂ ਚਾਹ ਬਣਾਣੀ ਹੈ ਲੋਕ ਕਾਫੀ ਆਏ ਨੇ ਤੇ ਸਾਡੇ ਮੱਗਸ ਜਿਹੜੇ ਨੇ ਟੀ ਕੱਪਸ ਜਿਹੜੇ ਨੇ ਉਹ ਸਾਰੇ ਆਰਗੇਨਾਈਜ਼ ਹੋ ਕੇ ਪਏ ਨੇ ਤੇ ਇੱਥੋਂ ਵੀ ਮੈਂ ਦੂਜੇ ਜਿਹੜੇ ਨੇ ਕੋਈ ਹਾਂਡੀਆਂ ਵਾਲੇ ਕੋਪਾਂ ਪੇ ਸਣੋਂ ਵੀ ਸਾਰੇ ਇੱਥੋਂ ਮੈਂ ਕੱਢੇ ਤੇ ਇੱਥੇ ਮੈਂ ਉਹ ਡਿਸ਼ਾਂ ਰੱਖੀਆਂ ਜਿੰਨਾਂ ਚ ਅਸੀਂ ਖਾਣਾ ਸਰਵ ਕਰਨਾ ਹੋਏ ਤੇ ਉਹ ਸਾਡੇ ਨਜ਼ਦੀਕ ਹੀ ਪਈਆਂ ਹੋਣ ਫਿਰ ਮੇਰੇ ਜਿਹੜੇ ਚਮਚਸਨ ਸਟੀਲ ਦੇ ਪ੍ਰੋਕੁਕ ਤੋਂ ਮੈਂ ਲਏ ਇਹ ਵੀ ਬਹੁਤ ਹੀ ਜ਼ਬਰਦਸਤ ਇਹਨਾਂ ਦੀ ਕੁਆਲਿਟੀ ਹੈ ਤੇ ਪਲਾਸਟਿਕ ਵਾਲੇ ਮੈਂ ਚੁੱਕ ਕੇ ਸੁੱਟੇ ਤੇ ਇਹ ਵਾਲੇ ਜਿਹੜੇ ਨੇ ਨਾ ਮੈਂ ਕਿਹਾ ਇਹਨਾਂ ਨੂੰ ਮੈਂ ਰੱਖਣੀ ਆ ਤੇ ਇਹ ਜਿਹੜਾ ਨਾ ਉਂਝ ਵੀ ਹੈਲਥ ਵਾਸਤੇ ਨਹੀਂ ਚੰਗਾ ਪਰ ਚਲੋ ਕਿਸੇ ਕਿਸੇ ਚੀਜ਼ ਵਾਸਤੇ ਹਲਕੀ ਫੁਲਕੀ ਵਾਸਤੇ ਤੁਸੀਂ ਯੂਜ਼ ਕਰ ਵੀ ਸਕਦੇ ਹੋ। ਤੋਂ ਜੀ ਬਾਹਰ ਹੋ ਰਹੀ थी بارش ਇੱਥੇ ਤੇ ਬਸ ਸਵੇਰ 8:00 ਸੁਣੀ ਧੁੱਪ ਨਿਕਲਦੀ ਹੈ ਤੇ ਸ਼ਾਮ ਤੱਕ ਕਿੰਜ ਹੋ ਜਾਂਦਾ ਕਿ ਬਸ ਕੁਛ ਨਾ ਪੁੱਛੋ ਤੁਸੀਂ। ਤੋਂ ਜੀ ਯਹਾਂ ਪੇ بارش ਹੋ ਰਹੀ थी ਬੜੀ ਅੱਛੀ ਮੈਂ ਕਿਹਾ ਦਰਵਾਜ਼ਾ ਖੋਲ ਕੇ ਵੇਖਾਂ। ਪਰ ਇਹ ਕਿ ਇੱਥੇ ਬਾਰਿਸ਼ ਬੜੀ ਚੰਗੀ ਲੱਗਦੀ ਹੈ ਘਰ ਦੇ ਅੰਦਰ ਬਹਿ ਕੇ ਵੇਖਣਾ ਤੇ ਬੜੀ ਸੋਹਣੀ ਹੈ ਤੁਸੀਂ ਬਾਹਰ ਨਿਕਲਣਾ ਤੇ ਬਸ ਉੱਥੇ ਹੀ ਦਾ ਸੋਹਣ ਪੂਣਾ ਜਿਹੜਾ ਹੈ ਪੂਰਾ ਹੋ ਜਾਣਾ ਤੋਂ ਹਮਨੇ ਇੰਜੋਏ ਕੀ ਬਾਰਿਸ਼ ਹੁਣ ਇਸ ਬਾਰਿਸ਼ ਚ ਪਕੌੜੇ ਸਮੋਸੇ ਤੇ ਨਹੀਂ ਤੁਸੀਂ ਬਣਾ ਸਕਦੇ ਰੋਜ਼ੇ ਨੇ ਉਂਝ ਵੀ ਨਹੀਂ ਬਣਾ ਸਕਦੇ ਬੰਦਾ ਉਂਝ ਬਿਮਾਰ ਹੋ ਜਾਂਦਾ ਖਾ ਕੇ ਤੁਜੀ ਇਹ ਦੇਖੇ ਕਿੰਨਾ ਹੀ ਹਮਨੇ ਖਲਾਰਾ ਡਾਲਾ ਹੋਇਆ ਅੱਜ ਮੇਰੇ ਚੋਂ ਨਹੀਂ ਹਿੰਮਤ ਨਹੀਂ ਹੁੰਦੀ ਜਿੰਨਾ ਮੈਂ ਵੱਡਾ ਕੰਮ ਸ਼ੁਰੂ ਕਰ ਲੈਣ ਜੇ ਸਾਡਾ ਦੂਸਰਾ ਕਿਚਨ ਇਧਰ ਜਿਹੜਾ ਓਪਨ ਪਲਾਨ ਚ ਇੱਥੇ ਵੀ ਮੈਂ ਡਰਾਅ ਚ ਸਾਰੇ ਸਪਾਈਸਿਸ ਮਸਾਲੇ ਰੱਖੇ ਹੁੰਦੇ ਨੇ ਤੇ ਉਹਨੂੰ ਵੀ ਫਿਰ ਮੈਂ ਖੋਲਿਆ ਮੈਂ ਕਿਹਾ ਇੱਥੋਂ ਵੀ ਮੈਂ ਸਾਫ ਕਰਾਂ ਮੂਵ ਕਰਾਂ ਇੱਥੇ ਸਾਰਾ ਜਵਾਰ ਜਿਹੜਾ ਏ ਸੈਸਮੀ ਸੀਡ ਨਹੀਂ ਕਾਲੇ ਵਾਲੇ ਉਹ ਸਾਰਾ ਹੀ ਡੁੱਲ ਗਿਆ ਸੀ ਬਸ ਜੀ ਫਿਰ ਉਹਨੂੰ ਵੀ ਚੁੱਕਿਆ ਉੱਥੋਂ ਸਫਾਈ ਜਿਹੜੀ ਏ ਉੱਥੋਂ ਵੀ ਸ਼ੁਰੂ ਕੀਤੀ ਤੇ ਮੈਨੂੰ ਤੇ ਬਾਹਰ ਹੀ ਵੇਖ-ਵੇਖ ਕੇ ਸੋਹਣਾ ਲੱਗੇ ਜਾਂਦਾ ਸੀ ਬਸ ਇਹ ਵੇਖੋ ਜੀ ਇਹ ਹਮਨੇ ਕੀਤਾ ਔਰ ਇਹ ਫਰੰਟ ਦਾ tha ਮੰਜ਼ਰ ਇੱਥੇ ਫਿਰ ਸ਼ਾਮ ਪੈ ਗਈ ਰੋਜ਼ਾ ਤੇ ਤਿਆਰੀ ਕਰਨੀ ਸੀ ਨਾਲ ਖਾਣਾ ਕੀ ਸੀ ਉਸ ਤੋਂ ਬਾਅਦ ਬਸ ਜੀ ਫੇਰ ਇੱਧਰ ਆਈ ਮੈਂ ਆਪਣਾ ਕੱਢਿਆ ਜੀ ਐ ਕੁੱਕਰ ਹੈ ਜਿਹੜਾ ਮੈਂ ਆਪਣਾ ਇੰਡੀਅਨ ਸ਼ਾਪ ਸੇ ਲਾਈ ਉਹਨਾ ਕੁੱਕਰ ਮੇਰਾ ਵੀ ਐਡਵੈਂਚਰ ਜਿਹੜਾ ਨਾ ਤੁਸੀਂ ਵੇਖੋ ਜ਼ਰਾ ਤੋਂ ਹਮਨੇ ਮਸਰ ਡਾਲੇ ਮਸਰ ਮੇਂ ਡਾਲਾ ਥੋਮ ਟਮਾਟਰ ਔਰ ਲਾਲ ਮਿਰਚ ਪਾਊਡਰ ਔਰ ਹਲਦੀ ਤੇ ਬਸ ਜੀ ਮੈਂ ਪਾ ਪੂ ਕੇ ਸਾਰਾ ਕੁਝ ਔਰ ਮੈਨੇ ਕਾ ਇਸਕੋ ਜੋ ਹੈ ਨਾ ਮੈਂ ਪ੍ਰੈਸ਼ਰ ਲਗਾ ਦਿਤਿ ਹੂੰ ਤੇ ਚੀਜ਼ਾਂ ਵੀ ਨਾਲ-ਨਾਲ ਫਿਰ ਚੁੱਕਦੀ ਪਈ ਸਾਂ ਮੈਂ ਕਿਹ ਜਿਹੜਾ ਕੁਛ ਇਧਰੋਂ ਵੀ ਖਲਾਰਾ ਕਰਦਾ ਬਸ ਜੀ ਇਸ ਕੁੱਕਰ ਨੇ ਤੇ ਮੈਨੂੰ ਪੜਨੇ ਪਾਇਆ ਬਸ ਜੀ ਲੱਗ ਗਿਆ ਫਿਰ ਮੈਂ ਕਹਿੰਨੀ ਬੰਦਾ ਹੌਲੀ-ਹੌਲੀ ਸਿੱਖ ਜਾਂਦਾ ਚੀਜ਼ਾਂ ਜਿਹੜੀਆਂ ਕਦੀ ਬੜੀ ਔਖੀਆਂ ਲੱਗਦੀਆਂ ਨੇ ਨਾ ਫਿਰ ਉਹ ਤੁਹਾਨੂੰ ਆਸਾਨ ਲੱਗ ਤੁਹਾਨੂੰ ਸਮਝ ਆ ਜਾਂਦਾ ਉਹਨਾਂ ਦਾ ਤਰੀਕਾ ਕੀ ਹੈ ਇਸ ਕੁੱਕਰ ਸੇ ਵੀ ਮੈਨੇ ਯਹੀ ਸਿੱਖਾ ਕਿ ਕੁਛ ਵੀ ਪਰਮਨੈਂਟ ਨਹੀਂ ਹੋਤਾ ਜੇ ਤੁਮਕੋ ਅੱਜ ਨਹੀਂ ਆਤਾ ਜ਼ਰੂਰੀ ਨਹੀਂ ਕੱਲ ਵੀ ਬੁਈ ਹੋਤਾ ਕੱਲ ਕੁਛ ਹੋਰ ਹੋ ਜਾਂਦਾ ਹੈ ਜਿਸ ਸੇ ਆਪਕੋ ਸਮਝ ਆ ਜਾਂਦੀ ਹੈ ਬਸ ਜੀ ਵੇਡ ਸ਼ੇਡ ਲਾਇਆ ਤੇ ਸੀਟੀ ਸੀਟੀ ਲਾਈ ਅਸੀਂ ਤੇ ਅਸੀਂ ਕਹਿਨੂ ਹੁਣ ਚੱਲਣ ਦਿਓ ਐ ਜੀ ਪਾਂਡੇ ਛਾਂਡੇ ਕੱਢੇ ਸਨ ਦੂਸਰੇ ਕਮਰੇ ਚ ਤੇ ਐ ਇਧਰ ਸਾਡਾ ਬਾਹਰ ਸ਼ੈੱਡ ਸੀ ਜਿੱਥੇ ਸਮਾਨ ਜਿਹੜਾ ਐਕਸਟਰਾ ਹੈ ਅਸੀਂ ਉਹਦੀ ਟ੍ਰਾਂਸਫਰ ਕਰਨੀ ਸੀ ਤੇ ਐ ਛੋਟਾ ਜਿਹਾ ਸ਼ੈੱਡ ਵੈਸੇ ਏਡਾ ਵੱਡਾ ਕੋਈ ਨਹੀਂ ਇੱਥੇ ਬਸ ਅਸੀਂ ਚੀਜ਼ਾਂ-ਚੀਜ਼ਾਂ ਰੱਖੀਆਂ ਨੇ ਥੋੜੀਆਂ ਬਾਕੀ ਹਲੇ ਹੋਰ ਜੜੀਆਂ ਨੇ ਉਹ ਇਧਰੋਂ ਇਧਰ ਆਣ ਗਿਆ ਤੇ ਥੋੜਾ ਜਿਹਾ ਲਾਈਟ ਹੋਏਗਾ ਐ ਫਿਰ ਮੈਂ ਕੁਝ ਝਾਰ ਪਿਆ ਕਾਫੀ ਵੱਡਾ ਐਚ ਮੈਂ ਕਿਹਾ ਚਾਵਲ ਪਾ ਕੇ ਇਹਨਾਂ ਨੂੰ ਵੀ ਸਾਈਡ ਤੇ ਕਰਾਂ ਦਾਲ ਹਲੇ ਥੋੜੀ ਜੀ ਕਸਰ ਹੈ ਅਸੀ ਉਹਨੂੰ ਮੈਂ ਦੁਬਾਰਾ ਪ੍ਰੈਸ਼ਰ ਲਾ ਕੇ ਫਿਰ ਮੈਂ ਰੱਖ ਦਿੱਤਾ ਮੈਂ ਤੇ ਫਿਰ ਇੰਤਜ਼ਾਰ ਇਹਨਾਂ ਕਰਦੀ ਤੇ ਇਧਰ ਵੇਖੋ ਐ ਸਾਫ਼ ਕੀਤਾ ਤੇ ਚੀਜ਼ਾਂ ਥੋੜੀਆਂ ਮੈਂ ਉੱਤੇ ਸ਼ਿਫਟ ਕੀਤੀਆਂ ਇਧਰ ਥੋੜੇ ਮਸਾਲੇ ਪੇਸਣ ਉਹ ਵੀ ਵੇਖੋ ਕਿੰਨੇ ਲਿਆ ਲਿਆ ਰੱਖੇ ਨੇ ਇੰਜ ਜਿਵੇਂ ਬੰਦਾ ਖਾਂਦਾ ਹੀ ਮਸਾਲੇ ਵੇ ਤੋ ਜੀ ਹਮ ਮਸਾਲੇ ਵੀ ਐਸੇ ਖਰੀਦਦੇ ਆ ਜੈਸੇ ਹਮ ਕਪੜੇ ਖਰੀਦਦੇ ਆ ਤੇ ਇੱਥੇ ਜੀ ਫਿਰ ਮੈਂ ਜਿਹੜਾ ਹੈ ਆਪਣਾ ਕਢਿਆ ਇੱਕ ਬਾਕਸ ਬੜਾ ਪਿਆ ਸੀ ਆ ਵੇਖੋ ਕਿਹਾ ਇਹਨੇ ਧਮਾਲ ਪਾਈ ਜੇ ਪ੍ਰੈਸ਼ਰ ਕੁੱਕਰ ਨੇ ਇਹ ਬਰਤਨ ਜਾਣੇ ਅਭੀ ਉਧਰ ਦੂਸਰੇ ਸ਼ੈੱਡ ਮੇਂ ਔਰ ਯਹਾਂ ਪਰ ਇਹ ਤੋ ਅਭੀ ਯਹਾਂ ਨਹੀਂ ਖੁੱਲ ਸਕਤਾ ਇਹ ਤੋ ਯਹਾਂ ਨਹੀਂ ਖੁੱਲ ਸਕਤਾ ਕਿਉਂਕਿ ਇੱਥੇ ਜਗ੍ਹਾ ਕੋ ਨਹੀਂ ਨਾ ਮੈਂ ਉਧਰ ਜਾ ਕੇ ਲੈ ਕੇ ਜਾਨੀ ਆ ਉੱਥੇ ਉੱਥੇ ਜਾ ਕੇ ਇਹਨੂੰ ਖੋਲਨੇ ਆ ਫਿਰ ਤੁਹਾਨੂੰ ਬਖਾਨਨੇ ਆ ਇਹਦੇ ਚ ਕੀ ਹੈ ਔਰ ਦਾਲ ਕੋ ਵੀ ਦੁਬਾਰਾ ਪ੍ਰੈਸ਼ਰ ਲਗਾ ਬਸ ਪ੍ਰੈਸ਼ਰ ਕੁੱਕਰ ਵੀ ਡਰਾਈ ਜਾਂਦਾ ਔਰ ਚਾਵਲ ਉਬਲ ਕਰਨੇ ਲਈ ਮਨੇ ਰੱਖੇਵੇਂ ਤੇ ਚਲੋ ਵੇਖਨੇ ਆ ਕਿੱਥੇ ਤੱਕ ਪਹੁੰਚੀ ਹੈ ਦਾਲ ਸਾਡੀ ਇਹ ਵੀ ਲੱਗਦਾ ਛੁੱਟਣਾ ਹੀ ਪੈਣਾ ਨਹੀਂ ਦੇਖੇਂ ਦਾਲ ਸੋਈ ਗਈ ਇੱਥੇ ਜੀ ਦਾਲ ਸਾਡੀ ਆਲਮੋਸਟ ਜਿਹੜੀ ਇਹ ਤਿਆਰ ਹੋ ਗਈ ਸੀ ਗਲ ਗਈ ਸੀ ਤੇ ਮੈਂ ਕਿਹਾ ਚਲੋ ਇਹਦੀ ਹੁਣ ਤੜਕੇ ਦੀ ਤਿਆਰੀ ਕਰੀਏ ਤੇ ਮੈਂ ਲਿਆ ਛੋਟਾ ਜਿਹਾ ਫਰਾਈਪੈਨ ਉਹਦੇ ਚ ਪਾਇਆ ਬਟਰ ਥੋੜਾ ਜਿਹਾ ਔਇਲ ਤੇ ਥੋਮ ਦੇ ਛੋਟੇ ਛੋਟੇ ਜਿਹੇ ਪੀਸ ਕਰਕੇ ਉਹ ਵੀ ਇਹ ਚ ਪਾ ਤੇ ਲੋ ਜੀ ਅਸੀਂ ਇਹਨੂੰ ਲਾ ਲਿਆ ਤੜਕਾ ਔਰ ਬੜਾ ਹੀ ਸੋਹਣਾ ਤੜਕਾ ਲੱਗਿਆ ਤੇ ਕਿਹ ਆ ਤੜਕੇ ਦੀ ਆਵਾਜ਼ ਆਉਂਦੀ ਜਦ ਲਈ ਤੜਕਾ ਲੱਗਦਾ ਇਧਰ ਚਾਵਲ ਵੀ ਸਾਡੇ ਜਿਹੜੇ ਨੇ ਉਹ ਉਬਲਣ ਵਾਸਤੇ ਰੱਖ ਛੱਡੇ ਮੈਂ ਕਿਾ ਚਲੋ ਨਾਲ ਹੀ ਇਹਦੇ ਤਿਆਰ ਹੋ ਜਾਣਗੇ ਵਸੇ ਦਾਲ ਜਿਹੜੀ ਹੈ ਬੜੀ ਵਧੀਆ ਪੱਕੀ ਏਡਾ ਵੀ ਵੈਸੇ ਬੈਡ ਨਹੀਂ ਹੈ ਪ੍ਰੈਸ਼ਰ ਕੁੱਕਰ ਬਸ ਮੈਨੂੰ ਹੀ ਨਹੀਂ ਚਲਾਉਣਾ ਆਉਂਦਾ ਪਿਆ ਇੱਥੇ ਜੀ ਇਫਤਾਰੀ ਸਾਰੇ ਬਹਿ ਕੇ ਕਰ ਰਹੇ ਸਨ ਤੇ ਜਿਹੜਾ ਇਹ ਮੈਂ ਉਧਰ ਖਾਣੇ ਤੇ ਲੱਗੀ ਸਾਂ ਬਸ ਇਫਤਾਰੀ ਵੀ ਸਾਡੀ ਸਿੰਪਲ ਹੀ ਹੁੰਦੀ ਏ ਇਥੋਂ ਸ਼ਾਪ ਤੋਂ ਮਿਲ ਜਾਂਦੇ ਨੇ ਸਮੋਸੇ ਵਗੈਰਾ ਪਕੌੜੇ ਤੇ ਅਸੀਂ ਕਦੀ ਬਣਾਉਂਦੇ ਹੀ ਨਹੀਂ ਤੇ ਬਸ ਉਹੀ ਲੈ ਆ ਜਦਾ ਘਰ ਫਰੂਟ ਚਾਟ ਬਣਾ ਲੀਦੀਏ ਜਾਂ ਬੱਚੇ ਕੋਈ ਚੀਜ਼ ਕੋਈ ਫ੍ਰੀਜ਼ਰ ਚ ਪਈ ਹੋਏ ਕੋ ਚਿਕਨ ਦੀ ਬਣੀ ਤੇ ਉਹ ਕਰ ਲੈਂਦੇ ਨੇ ਜੇ ਮੇਰੇ ਕੋਲ ਟਾਈਮ ਹੋਏ ਤਾਂ ਮੈਂ ਫਿਰ ਬਣਾ ਲੈਂਦੀ ਆ ਬਹਰਾਲ ਬੜਾ ਹੀ ਔਖਾ ਕੰਮ ਏ ਮੈਂ ਕਹਿੰਨੀ ਆ ਸਲੂਟ ਏ ਉਹਨਾਂ ਸਾਰੀਆਂ ਮਾਵਾਂ ਨੂੰ ਬੀਵੀਆਂ ਨੂੰ ਭੈਣਾਂ ਨੂੰ ਜਿਹੜੀਆਂ ਸਹਰੀ ਵਲੇ ਉੱਠਦੀਆਂ ਨੇ ਤੇ ਬਣਾਉਂਦੀਆਂ ਨੇ ਫਿਰ ਇਫਤਾਰੀ ਬਣਾਉਂਦੀਆਂ ਨੇ ਫਿਰ ਖਾਣਾ ਬਣਾਉਂਦੀਆਂ ਨੇ ਕਿ ਕਿੰਨਾ ਕੰਮ ਹੋ ਜਾਂਦਾ ਏ ਇੱਕ ਬੰਦੇ ਦੇ ਉੱਤੇ ਔਰ ਹਰ ਕਿਸੇ ਦੀ ਆਸ ਉਮੀਦ ਉਸ ਇੱਕ ਬੰਦੇ ਤੇ ਹੁੰਦੀ ਏ ਵੀ ਅੱਜ ਤੂੰ ਕੀ ਬਣਾਇਆ ਅੱਜ ਤੂੰ ਕੀ ਬਣਾ ਕੇ ਟੇਬਲ ਤੇ ਰੱਖੇਂਗੀ ਤੇ ਬਸ ਜੀ ਅੱਲਾ ਹਿੰਮਤ ਦਵੇ ਔਰ ਅੱਲਾ ਉਹਨਾਂ ਦੇ ਅਜਰ ਦਵੇ ਐ ਫਿਰ ਵਸੀਮ ਵਾਲ ਜਿਹੜਾ ਹੈ ਮੈਂ ਖਾਣਾ ਭੇਜਿਆ ਸੀ ਥੋੜਾ ਬਣਾ ਕੇ ਅੱਜ ਦਾਲ ਚਾਵਲ ਸੰ ਤੇ ਨਾਲ ਸਾਲਣ ਸੀ ਮੈਂ ਕਿਹਾ ਚਲੋ ਖਾ ਲੈਣਗੇ ਉਸ ਦਿਨ ਜਿਹੜਾ ਹੈ ਨਹੀਂ ਲੈ ਕੇ ਗਿਆ ਨਾਲ ਕਿ ਨਹੀਂ ਸਾਡੇ ਕੋਲ ਪਿਆ ਤੇ ਫਿਰ ਮੈਂ ਕਿਹਾ ਚਲੋ ਆਜਾ ਭੇਜ ਦਿੰਨੀ ਆ ਇੱਥੇ ਮੇਰੀ ਬੇਟੀ ਜਿਹੜੀ ਉਹਨੇ ਆਪਣੀਆਂ ਚੀਜ਼ਾਂ ਰੈਡੀ ਕਰਕੇ ਰੱਖੀਆਂ ਅਸਣ ਐ ਨਿੰਜਾ ਫੂਡੀ ਜਿਹੜਾ ਹੈ ਐ ਸੀ ਆਰਡਰ ਕੀਤਾ ਸੀ ਤੇ ਐ ਆਇਆ ਅੱਜ ਤੇ ਮੈਂ ਕਿਹਾ ਨੂੰ ਹੁਣ ਮੈਂ ਖੋਲ ਕੇ ਵੇਖਾਂ ਤੇ کافی ਵੱਡਾ ਇਹਦਾ ਸਾਈਜ਼ ਸੀ ਮੇਰੇ ਕੋਲ ਨਾ ਇਸ ਤੋਂ ਪਹਿਲੇ ਇਨਸਟੈਂਟ ਪੌਟ ਸੀ 7 ਇਨ 1 ਵਾਲਾ ਉਹ کافی ਸਿੰਪਲ ਸੀ ਯੂਜ਼ ਕਰਨ ਚ ਔਰ ਅੰਦਰੋਂ ਜਿਹੜਾ ਉਹਦਾ ਪੌਟ ਏ ਕੁਕਿੰਗ ਪੌਟ ਉਹ ਵੀ ਸਟੀਨਲੈਸ ਸਟੀਲ ਦਾ ਸੀ ਤੇ ਇਹ ਜਿਹੜਾ ਇਹਦੇ ਚ ਸਾਰਾ ਕੁਝ ਇਹ ਐ ਏਅਰ ਫਰਾਈਡ ਦਾ ਵੀ ਕੰਮ ਕਰਦਾ ਹੈ ਬੇਕਿੰਗ ਵੀ ਕਰਦਾ ਹੈ ਸਟੀਮ ਵੀ ਕਰਦਾ ਹੈ ਰੋਸਟ ਵੀ ਕਰਦਾ ਹੈ ਗ੍ਰਿਲ ਵੀ ਕਰਦਾ ਹੈ ਪ੍ਰੈਸ਼ਰ ਕੁੱਕਰ ਵੀ ਜੇ ਦੇ ਵਿੱਚ तो ये बेसिकली एक धर्म पत्नी का रोल अदा करता है जो कुक भी है क्लीनर भी है डॉक्टर भी है गार्डनर भी है तो कपड़े करने वाली भी है सफाई करने वाली भी सब कुछ है तो वैसा ही एक कुकर निकाल दिया है टेक्नीशियंस ने बड़ा ज़बरदस्त जो आपकी सारी दिल की मुरादें पूरी करेगा आप इसमें कहेंगे पुलाव तो पुलाव बन जाएगा आप इसमें कहेंगे रोस्ट तो रोस्ट बन जाएगा आप कहेंगे कि ग्रिल बन जाते वो बन गया देखो ए एयर फ्रायर वाली ना ਇਹਦੇ ਚ ਟੋਕਰੀ ਹੈ और ਇਹ ਵਾਲਾ ਜਿਹੜਾ ਦਾ ਹੈ ਇਹ ਕੁਕਿੰਗ ਪੋਟ ਹੈ ਇਹਦੇ ਵਿੱਚ ਇਸ ਸਾਈਜ਼ ਦਾ ਤੇ ਇਹ 6.5 ਲੀਟਰ ਦਾ ਹੈ ਸ਼ਾਇਦ ਇਸ ਤੋਂ ਵੀ ਥੋੜਾ ਵੱਡਾ ਹੀ ਹੋਏਗਾ ਮੈਨੂੰ ਲੱਗਦਾ ਹੈ ਕਿਉਂਕਿ ਇਹਦੀ ਨਾ ਚੌੜਾਈ ਥੋੜੀ ਜ਼ਿਆਦਾ ਹੈ ਅੰਦਰ ਇਸਕੇ ਨਾਨ ਸਟਿਕ ਕੋਟਿੰਗ ਹੋਈ ਹੋਈ ਹੈ ਤਾਂ ਕਿ ਨਾਲ ਚਮੜ ਸ਼ਵਣ ਨਾ ਜਾਏ ਤੇ ਇਹ ਟਕਣਾ ਇਹਦਾ ਲੱਗਦਾ ਏ 에ਅਰ ਫਰਾਇਰ ਵਾਸਤੇ ਤੇ ਦੂਸਰਾ ਜਿਹੜਾ ਏ ਉਹ ਲੱਗਦਾ ਏ ਕੁਕਿੰਗ ਵਾਸਤੇ ਦੋ ਟਕਣੇ ਨੇ ਦੇ ਤੋ ਜੀ ਹਮਨੇ ਇਸ ਕੋ ਲਾ ਕੇ ਸੋਨਾ ਸਾ ਬੋਟੇ ਕੀ ਤਰ੍ਹਾਂ ਸਜਾ ਦਿਆ ਇੱਕ ਨੁਕਰੇ ਮੈਂ ਕਿਹਾ ਹੁਣ ਤੂੰ ਰੈਸਟ ਕਰ ਤਿੰਨ ਚਾਰ ਦਿਨ ਤੈਨੂੰ ਫਿਰ ਮੈਂ ਬਾਅਦ ਚ ਦੱਸਾਂਗੀ ਤੂੰ ਕੀ ਪਕਾਣਾ ਤੋ ਜੀ ਉਸਕੇ ਬਾਅਦ ਫਿਰ ਕਹਾਣੀ ਖਤਮ ਨਹੀਂ ਹੋਈ ਖਾਣਾ ਸਭ ਨੇ ਖਾ ਪੀ ਲਿਆ ਤੇ ਮੈਂ ਕਿਹਾ ਹੁਣ ਮੈਂ ਇਹਨੂੰ ਮਕਾ ਕੇ ਜਾਵਾਂ ਮੇਰੇ ਸਿਰ ਤੇ ਸਵਾਰ ਹੋਈ ਇਹ ਕਲੀਨਿੰਗ ਤੋਂ ਕਾਫੀ ਚੀਜ਼ਾਂ ਨਿਕਲੀਆਂ ਜਿਹੜੀਆਂ ਐਕਸਪਾਇਰ ਹੋਈਆਂ ਸਨ ਜਿਹੜੀਆਂ ਬੱਚਿਆਂ ਨੇ ਵੀ ਯੂਜ਼ ਨਹੀਂ ਕੀਤੀਆਂ ਤੇ ਬਸ ਉਹ ਵੀ ਫਰਚੜ ਕਾਂਸ਼ੜ ਕਾਂ ਪਈਆਂ ਵਿੱਚ ਸਾਰਿਆਂ ਨੂੰ ਹੀ ਬਸ ਇਹ ਹੋਰ ਹੀ ਪ੍ਰੋਗਰਾਮ ਸਟਾਰਟ ਹੋ ਗਿਆ ਤੇ ਇੱਥੇ ਜੀ ਫਿਰ ਮੈਂ ਲਿਆ ਕੇ ਰੱਖੇ ਸਨ ਗਲਾਸ ਕਾਫੀ ਧੀਰ ਪਹਿਲਾਂ ਦੇ ਗਲਾਸ ਇਹਨੂੰ ਅਸੀਂ ਖੋਲਿਆ ਹੀ ਨਹੀਂ ਸੀ ਇਸ ਦੁੱਖੋਂ ਕਿ ਜੜੀ ਸ਼ੈ ਮੈਂ ਕੱਡਾਂ ਬੱਚੇ ਕੁਝ ਛੱਡਦੇ ਨਹੀਂ ਕੁਈ ਘਰ ਆ ਜਾਏ ਤੇ ਪਾਣੀ ਵਾਲਾ ਗਲਾਸ ਨਹੀਂ ਲੱਭਦਾ ਤੇ ਮੈਂ ਆਜਾ ਕੱਢੇ ਨਵੇਂ ਗਲਾਸ ਮੈਂ ਕਿ ਇਹਨਾਂ ਨੂੰ ਮੈਂ ਦਰਾਜ਼ 'ਚ ਸਜਾਵਾਂ ਤਾਂ ਕਿ ਸ਼ਾਦੀ ਦੇ ਦਿਨੋਂ ਮੈਂ ਕਿਸੇ ਨੇ ਚਾਹੀਏ ਤੇ ਦਰਾਜ਼ ਕੋਈ ਖੋਲੇ ਤੇ ਪਤਾ ਹੋਏ ਕੱਪ ਕਿੱਥੇ ਪਏ ਨੇ ਗਲਾਸ ਕਿੱਥੇ ਪਏ ਨੇ ਕਟਲਰੀ ਕਿੱਥੇ ਪਈ ਹੈ ਸਾਰਿਆਂ ਵਾਸਤੇ ਆਸਾਨੀ ਹੋ ਜਾਏਗੀ ਤੇ ਜੀ ਵੇਖੋ ਕਿੰਨਾ ਸਾਜ਼ੋ ਸਮਾਨ ਨਾਲ ਇਹਨਾਂ ਨੇ ਲਾਇਆ ਸੀ ਇਹਦੇ ਤੇ ਇਹ ਵੇਖੋ ਵੱਡੇ ਗਲਾਸ ਵੀ ਨੇ ਛੋਟੇ ਗਲਾਸ ਵੀ ਨੇ ਤੁਸੀਂ ਵੱਡਾ ਪਾਣੀ ਪੀਣਾ ਵੱਡੇ ਗਲਾਸ ਚ ਪਾ ਲਓ ਤੁਸੀਂ ਛੋਟਾ ਪਾਣੀ ਪੀਣਾ ਤੁਸੀਂ ਛੋਟੇ ਗਲਾਸ ਚ ਪਾ ਲਓ ਜਾਂ ਛੋਟੇ ਗਲਾਸ ਟੋਟੇ ਜਣ ਤੇ ਵੱਡੇ ਗਲਾਸ ਸਟਿਲ ਮੌਜੂਦ ਨੇ ਤਾਂ हमने ਜੇ इनको ধোয়া हमने कहा इनको धो के इनको सुखा के तो इनको हम ਸਜਾ ਲੈਂਦੇ ਹਾਂ ਆਪਣੇ ਦਰਾਜ਼ੋ ਮੈਂ ਤਾਂ ਕਿ ਇਹ ਜੋ ਹੈ ਹਮੇ ਟਾਈਮ ਪੇ ਮਿਲ ਸਕें ਲੋ ਜੀ ਇਹਨਾਂ ਦਾ ਵੀ ਕੰਮ ਹੋ ਗਿਆ ਬਸ ਇਹ ਚੀਜ਼ਾਂ ਥੋੜੀਆਂ ਆਰਗੇਨਾਈਜ਼ ਕਰਨੀਆਂ ਸਨ ਮੈਂ ਕਿ ਮੈਨੂੰ ਨਾ ਫਿਰ ਮੁਸ਼ਕਿਲ ਨਾ ਹੋਏ ਇਵਨ ਕਈ ਵਾਰੀ ਫਰੈਂਡਸ ਵੀ ਆਂਦੀਆਂ ਨੇ ਚਾਹ ਕਿਸੇ ਨੇ ਪੀਣੀ ਉਹਨਾਂ ਨੂੰ ਪਤਾ ਹੈ ਕੱਪ-ਕੁੱਪ ਕਿੱਥੇ ਪਏ ਨੇ ਇੱਥੇ ਕਾਫੀ ਫਰੈਂਡਲੀ ਨੇ ਸਾਰੇ ਜਿਹਦਾ ਦਿਲ ਕਰਦਾ ਜਾ ਕੇ ਚਾਹ ਬਣਾ ਲੈਂਦਾ ਐ ਨਹੀਂ ਹੁੰਦਾ ਕਿ ਘਰ ਵਾਲਾ ਆਪ ਹੀ ਉੱਠੇ ਤੇ ਉਹ ਹੀ ਚਾਹ ਬਣਾਏ ਨਹੀਂ ਤੋਂ ਇਹ ਡ੍ਰੌਪੇ ਸਣਾ ਫੁੱਲ ਮਖਾਣੇ ਮੈਂ ਮੰਗਾਏ ਮੈਂ ਕਿਹਾ ਇਹਨਾਂ ਦੋਨਾਂ ਮੈਂ ਰਾਤੀ ਰੋਸਟ ਕਰਕੇ ਗ੍ਰਾਈਂਡ ਕਰਕੇ ਦੁੱਧ ਚ ਪੀਵਾਂਗੀ ਤਾਂ ਕਿ ਮੇਰੀਆਂ ਕਿਤੇ ਦਰਦਾਂ ਨੂੰ ਆਰਾਮ ਆਵੇ ਤੇ ਮੈਂ ਐਡੇ ਸੋਹਣੇ ਦਰਾਜ਼ ਆਪਣੇ ਸੈੱਟ ਕਰਕੇ ਚੀਜ਼ਾਂ ਆਰਗੇਨਾਈਜ਼ ਕਰਕੇ ਮੈਂ ਰੱਖੀਆਂ ਜਾਂ ਹੀ ਮੈਂ ਉਤਲਾ ਦਰਾਜ਼ ਉਤਲਾ ਕਬਟ ਖੋਲਿਆ ਉਥੋਂ ਡਿੱ ਗਿਆ ਉਹਦਾ ਸੀਰੀਅਲ ਵਾਲਾ ਡੱਬਾ ਤੇ ਸਾਰਾ ਗੰਦਿਆ ਵੇਖੋ ਇਹਦੇ ਵਿੱਚ ਪੈ ਗਿਆ ਮੇਰਾ ਤਾਂ ਦਿਲ ਕਰੇ ਮੈਂ ਰੋਵਾਂ ਹੁਣ ਕਿ ਮੈਂ ਹੁਣ ਅੱਗੇ ਤੁਰਹੀ ਪਈਆਂ ਲੱਗੀਆਂ ਉੱਪਰ ਕੰਮ ਅਭੀ ਵੀ ਬਹੁਤ ਪੜਾ ਹੈ ਬਾਕੀ ਕੰਮ ਕਰਾਂਗੇ ਸਵੇ ਬਾਅਦ ਤੁਹਾਨੂੰ ਕਹਿੰਦੇ ਕੱਲ ਓਕੇ ਅੱਲਾ ਹਫੀਜ਼